UPI ਯਾਨੀ ਕਿ ਯੂਨੀਫਾਈਡ ਪੇਮੈਂਟ ਇੰਟਰਫੇਸ। ਜੀ ਹਾਂ, ਇਸਦਾ ਹੁਣ ਵਿਸਥਾਰ ਦੋ ਹੋਰ ਦੇਸ਼ਾਂ 'ਚ ਹੋਣ ਜਾ ਰਿਹਾ। ਭਾਰਤ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ UPI ਕਾਮਯਾਬ ਹੋਇਆ ਹੀ ਹੈ। ਹੁਣ ਨਾਲ ਦੇ ਨਾਲ ਕੁਝ ਮਿੰਟਾਂ ਵਿੱਚ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਵੱਡਾ ਇਵੈਂਟ ਹੋਣ ਜਾ ਰਿਹਾ ਹੈ ਅਤੇ ਉਸ ਇਵੈਂਟ ਵਿੱਚ ਭਾਗ ਲੈ ਰਹੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼੍ਰੀਲੰਕਾ ਦੇ ਰਾਸ਼ਟਰਪਤੀ, ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਅਤੇ ਸ਼੍ਰੀਲੰਕਾ, ਮੌਰੀਸ਼ੀਅਸ ਅਤੇ ਭਾਰਤ ਤਿੰਨਾਂ ਹੀ ਦੇਸ਼ਾਂ ਦੇ ਵੱਡੇ ਜਿਹੜੇ ਸੈਂਟਰਲ ਬੈਂਕਾਂ ਦੇ ਗਵਰਨਰ ਸਾਹਿਬਾਨ ਹੁੰਦੇ ਨੇ, ਇਹ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਹੁਣ ਭਾਗ ਲੈਣ ਜਾ ਰਿਹਾ। ਇਸ ਵਿੱਚ ਸ਼੍ਰੀਲੰਕਾ ਅਤੇ ਮੌਰੀਸ਼ੀਅਸ ਵਿੱਚ ਵੀ UPI ਸ਼ੁਰੂ ਹੋਣ ਵਾਲੀ ਹੈ। ਤਾਂ ਦੱਸ ਦਿੰਦੇ ਹਾਂ ਕਿ ਫਰਾਂਸ ਵਿੱਚ ਵੀ ਜਿਹੜੇ ਭਾਰਤੀ ਦੂਤਾਵਾਸ ਨੇ ਉਹਨਾਂ ਨੂੰ ਲੰਘੀ 2 ਫਰਵਰੀ ਨੂੰ ਜਿਹੜਾ ਆਈਫਲ ਟਾਵਰ ਹੈ ਉੱਥੇ UPI ਦੀ ਸ਼ੁਰੂਆਤ ਕਰ ਦਿੱਤੀ ਸੀ। ਸੋ ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਵੀ ਭਾਰਤ ਦੇ ਗੁਆਂਢੀ ਮੁਲਕ ਨੇ ਸ਼੍ਰੀਲੰਕਾ ਅਤੇ ਮੌਰੀਸ਼ੀਅਸ, ਹੁਣ ਉੱਥੇ ਬੈਠੇ ਲੋਕ ਕਿਸੇ ਵੀ ਤਰ੍ਹਾਂ ਦਾ ਡੈਬਿਟ ਕ੍ਰੈਡਿਟ ਲੈਣ ਦੇਣ ਜਿਹੜੀ ਪੇਮੈਂਟ ਹੈ UPI ਰਾਹੀਂ ਭਾਰਤ ਵਿੱਚ ਕਰ ਸਕਦੇ ਹੈ। ਅਤੇ ਭਾਰਤ ਦੇ ਲੋਕ ਵੀ ਜਦੋਂ ਘੁੰਮਣ ਫਿਰਨ ਟੂਰਿਸਟ ਜਾਂ ਵਿਜ਼ਟਰ ਬੇਸ 'ਤੇ ਜਾਂਦੇ ਨੇ ਸ਼੍ਰੀਲੰਕਾ ਜਾਂ ਮੌਰੀਸ਼ੀਅਸ, ਤਾਂ ਉੱਥੇ ਜਾ ਕੇ ਵੀ ਸਕੈਨ ਕਰਕੇ ਕਿਸੇ ਵੀ ਤਰੀਕੇ ਨਾਲ UPI ਨੂੰ ਇਸਤੇਮਾਲ ਕਰ ਸਕਦੇ ਹੈ। ਸੋ ਜੇ ਗੱਲ ਕਰੀਏ ਤਾਂ UPI ਦਾ ਵਿਸਥਾਰ ਹੁਣ ਕਾਫੀ ਲਾਹੇਵੰਦ ਹੋਣ ਵਾਲਾ ਹੈ, ਕਿਉਂਕਿ ਹੁਣ ਤੁਹਾਨੂੰ ਆਪਣੀ ਪਾਕਟ ਵਿੱਚ ਕੈਸ਼ ਚੱਕਣ ਦੀ ਲੋੜ ਨਹੀਂ ਹੈ। ਕੈਸ਼ ਕਈ ਵਾਰ ਖੋ ਜਾਣ ਦਾ ਡਰ ਵੀ ਹੁੰਦਾ, ਲੇਕਿਨ ਹੁਣ ਬਿਨਾਂ ਕੈਸ਼ ਦੇ ਸਿਰਫ ਫੋਨ ਦੇ ਵਿੱਚ ਹੀ ਆਪਣਾ ਬੈਂਕ ਅਟੈਚ ਕਰਕੇ UPI ਪੇਮੈਂਟ ਦੇ ਨਾਲ ਤੁਸੀਂ ਪੂਰਾ ਭਾਰਤ ਤਾਂ ਘੁੰਮਦੇ ਫਿਰਦੇ ਸੀਗੇ, ਹੁਣ ਸ਼੍ਰੀਲੰਕਾ ਅਤੇ ਮੌਰੀਸ਼ੀਅਸ ਵੀ ਕੁਝ ਮਿੰਟਾਂ ਵਿੱਚ ਇਸ ਲੜੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।